पटियाला के एसएसपी विक्रमजीत सिंह दुग्गल के नेतृत्व में समाना एवं पाथड़ा और सिटी विंग पटियाला पुलिस लगातार नशा विरोधी तत्वों के खिलाफ कार्रवाई कर रही है। इस तरह के 3 मुकदमे समाना सिटी पाथड़ा एवं सिटी विंग पटियाला द्वारा दर्ज किए गए। एक महिला को पाथड़ा के सदर के इंचार्ज रणवीर सिंह की टीम ने 4.5 किलो चूरा पोस्त सहित गिरफ्तार किया। एक अन्य मामले में समाना सिटी पुलिस के लाली राम ने 2 व्यक्तियों को 13 पेटी हरियाणा राज्य की शराब सहित गिरफ्तार किया। एक अन्य मामले में एक नौजवान से नशीली गोलियां सिटी विंग पटियाला के बलजीत सिंह सहायक थानेदार की टीम ने पाथड़ा के अंदर पेट्रोलिंग के दौरान बरामद की। तीनों कथित आरोपियों को समाना की अदालत में पेश किया गया। ऐसे तत्वों के खिलाफ पुलिस की लगातार मुहिम जारी रहेगी ताकि नशा पंजाब में किसी दूसरे राज्य से आके लोग ना बेच सकें। की बरामदगी हुई है, कौन मुलजम है? देविच कल साड़ी जी टीम सी सिटी बैंक पटियाला दी जी, वो पाथड़ा एरिया दे विच हैगी सी ते उत्थे इक जिहड़ा सी दलबीर सिंह नाम दा इक जिहड़ा व्यक्ति काबू कीता है जी। उहदे पासों 600 नशीलियां गोलियां जिहड़ियां रिकवर कीतियां ने, जिस नूं अज असीं कोर्ट विच पेश करके पुलिस मान हासिल कर रहे हां। पेश करता नहीं, अज करना पेश, पेश करन लई असीं कोर्ट दे विच आए हां। ते पहला भी मतलब एक बंदा करदा इस तरह कारोबार? हाँ, असी इहदा रिमांड लै रहे हां, असी भी लै रहे हां भी होर डगाई नाल दी पुछताछ कीती जावे ਇਸ ਦੇ ਨਾਲ ਕਿੱਥੋਂ ਲੈ ਕੇ ਆਉਂਦਾ, ਕੀ ਅੱਗੇ ਕਿਹਨੂੰ ਇਹਨੂੰ ਸਪਲਾਈ ਕਰਨੀ ਹੈ, ਉਹ ਸਾਰੀ ਡਿਟੇਲ ਤੋਂ ਹਾਸਲ ਕਰਾਂਗੇ। ਓਕੇ ਸਭ, ਕੀ ਬਰਾਮਦਗੀ ਹੋਈ ਹੈ, ਕੀ ਮਾਮਲਾ ਦਰਜ ਹੋਇਆ, ਸਾਰਾ ਡਿਟੇਲ ਨਾਲ ਦੱਸੋ। ਇਹ ਤਾਂ ਕੱਲ੍ਹ ਸਾਨੂੰ ਪੈਟਰੋਲਿੰਗ ਦੌਰਾਨ ਇੱਕ ਔਰਤ ਥੈਲਾ ਚੱਕੀ ਉਹਦੀ ਮਿਲੀ ਸੀਗੀ ਜੀ, ਅਤੇ ਉਹਦੇ ਕੋਲੋਂ 4.5 ਕਿਲੋ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ। ਅਤੇ ਔਰਤ ਪਿੰਡ ਦਿਓਗੜ੍ਹ ਦੀ ਹੈਗੀ ਹੈ, ਬਸੰਤੀ ਦੇਵੀ। ਅਤੇ ਉਹਦੇ 'ਤੇ ਅਸੀਂ 15-65 NDBS ਐਕਟ ਦੇ ਤਹਿਤ ਕੇਸ ਦਰਜ ਕਰ ਲਿਆ। ਅੱਜ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਨਾ ਹੈ ਅਤੇ ਉਹਦਾ ਪੁਲਿਸ ਰਿਮਾਂਡ ਲਵਾਂਗੇ। ਅਤੇ ਪੁੱਛ ਗਿੱਛ ਕਰਕੇ ਅਸੀਂ ਹੋਰ ਅੱਗੇ ਲੰਘਾਈ ਨਾਲ। ਹੁਣ ਤੱਕ ਕੀ ਤਹਿਕੀਕਾਤ ਦੇ ਵਿੱਚ ਕੋਈ ਪਹਿਲਾਂ ਵੀ ਇਸ 'ਤੇ ਕੋਈ ਮੁਕਦਮੇ ਦਰਜ ਨੇ ਇਸ ਤਰ੍ਹਾਂ ਦੇ? ਹਾਂਜੀ, ਇਹਨੇ ਦੱਸਿਆ ਜੀ ਪਹਿਲਾਂ ਵੀ ਪਰਚੇ ਹੈਗੇ ਨੇ, ਉਹ ਵੀ ਅਸੀਂ ਰਿਕਾਰਡ ਲੈ ਰਹੇ ਹਾਂ, ਵੈਸੇ ਪਹਿਲਾਂ ਵੀ ਹੋਏ ਨੇ ਰਿਕਾਰਡ ਦਾ ਹੈਗਾ, ਪ੍ਰੀਨੋ ਰਿਕਾਰਡ ਹੈ। ਨਾਕੇਬੰਦੀ ਪੈਟਰੋਲਿੰਗ ਅਸੀਂ ਨਾ ਇੱਥੇ ਖੜੇ ਸੀ ਜੀ, ਆਪਣੇ ਗਸ਼ਤ ਦੇ ਸੰਬੰਧ ਚ ਭਾਵਨੇਗੜ ਚੌਂਕ ਖੜੇ ਸੀ ਜੀ, ਤੇ ਗੱਡੀ ਆਉਂਦੀ ਦਿਖਾਈ ਦਿੱਤੀ, ਅਸੀਂ ਉਹਨੂੰ ਇਸ਼ਾਰਾ ਕੀਤਾ ਰੁਕਣ ਦਾ, ਪਿੱਛੇ ਨੂੰ ਭੱਜਣ ਲੱਗਿਆ ਜੀ। ਮੈਂ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕੀਤਾ ਜੀ, ਕਾਬੂ ਕਰਕੇ ਕਾਰ ਦੀ ਤਲਾਸ਼ੀ ਲਈ। ਉਹ ਕਾਰ ਚੋਂ 13 ਪੇਟੀਆਂ ਬਰਾਮਦ ਹਨ। ਇਹ ਮੁਲਜ਼ਮ ਹੈ ਕਿੱਥੇ ਦੇ? ਇਹਨਾਂ ਦਾ ਪਿੰਡ ਦਲਾਵਰਪੁਰ ਹੈ ਜੀ, ਥਾਣਾ ਪਛਾਣਾ ਪੈਂਦਾ ਜੀ। ਠੀਕ, ਤੇ ਹੁਣ ਤੱਕ ਤਹਿਕੀਕਾਤ ਮੈਂ ਪਹਿਲੇ ਵੀ ਲਿਆ ਕੇ ਵੇਚਦੇ ਇਸ ਤਰ੍ਹਾਂ? ਇਹ ਕਹਿੰਦੇ ਜੀ ਦੂਜਾ ਗੇੜਾ ਸਾਡਾ, ਗੇੜਾ ਪਹਿਲਾਂ ਲਾਇਆ ਦੂਜਾ ਗੇੜਾ। ਕੀ ਨਾਮ ਇਹਨਾਂ ਆਰੋਪੀਆਂ ਦੋਨਾਂ ਦੇ? ਇੱਕ ਦਾ ਨਾਮ ਤਾਂ ਸਤਨਾਮ ਸਿੰਘ ਹੈ ਜੀ, ਬਾਪ ਦਾ ਨਾਮ ਕਰਨੈਲ ਸਿੰਘ ਹੈ, ਵਾਸੀ ਦਲਾਵਰਪੁਰ ਜੀ। ਦੂਜਾ? ਦੂਜਾ ਰਾਜਵਿੰਦਰ ਹੈ ਜੀ। ਕੈਮਰਾਮੈਨ ਬਾਸ ਗਰਗ ਕੇ ਸਾਥ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।